बटाला दे पिंड नवा पिंड बरकीवाल च जिस समय स्कूली बस हादसे का शिकार हुई उस समय नेड़े तेड़े कोई नहीं सी। अजिहे विच बच्चों की जान किवें बचाई गई वह भी जानना जरूरी है। कुछ बच्चों तो ड्राइवर ने किसी न किसी तरह बाहर कढ लिया, उस तो बाद किवें ना किवें हादसे की सूचना नेड़े तेड़े के लोगों को मिली। सूचना मिलदिया ही लोगों ने मासूमा की जान बचाई। बच्चा स्कूल दा बस दा ते इक राई नंघ देने सानू दस्या भी बस पलट गई है भाजी। बच्चा भज के गया छोटा सी बिल्कुल छोटा सी ते ओ पिंड दा सी बच्चा ते आपां सामणी कोठी दे विच बैठे आ उत्थों आए आ भज्जे ते ओने जनू वीरू नहीं आ गए आ ये साडे हुंदे नूं उत्ते चढ़े आपां भज्जे आउंदे आ ते बच्चे उपरों दी कढे आ बच्चे बाद चो एक कुड़ी सी मतलब कोई 12-13 साल दी सी कुड़ी थोड़ी सियानी सी ओ आखदी सी भी मेरा ब्रदर विच रह गया छोटा भरा वा मेरा ओ विच रह गया मैं बस तो नहीं मतलब की उतरना ओ फिर ओदा मतलब की शक दूर करन वास्ते एक अगला शीशा भन्निया एक पिछला शीशा भन्निया कुछ मतलब की एक मुंडा भी विच उतर के वेख के आया बस अग लगी दे विच अग थोड़ी हटवी सी अग दा लंब मतलब की जो पई वरोला ओ करके धुआं करके अखा मेरे ते एक बच्चा डिग गया मेरे को हैंडल डोल गया ते ओ करके मतलब की ज्यादा नुकसान होया ओ हैंडल डोल गया ते बस सानू पलट गई। बच्चों नूं बचाउण वालियां दी हिम्मत अते हौसले दी तारीफ करनी भी बनदी है क्योंकि जिस तरह दे नाल बस नूं अग लगी सी उस समय बच्चों नूं बचाउण दा काम आसान नहीं सी। ए शमशेर सिंह ने जिन्हां दे हाथ ते पट्टी बनी हुई है जिस तरह ते हादसा वापरिया ओह उसदे नेड़े रहिंदे ने। बच्चों नूं बचाउण विच इस नौजवान दा वड्डा योगदान रहा। बच्चों नूं बचाउण वाला ए नौजवान खुद भी जख्मी हो गया। ਕੱਲ ਕਿੱਥੇ ਸੀਗੇ ਜਦੋਂ ਇਹ ਹਾਦਸਾ ਹੋਇਆ? ਕੱਲ ਇੱਥੇ ਸੀ ਸਾਰੇ ਇੱਥੇ ਨਹੀਂ ਜਦੋਂ ਇਹ ਡਿੱਗੀ ਆ ਬਸ ਉਦੋਂ ਕਿੱਥੇ ਸੀਗੇ? ਉਹ ਤੇ ਤੂੜੀ ਦੇ ਥੋੜੀ ਸੈੱਟ ਕਰਨ ਉੱਥੇ ਸੀ ਕਿਵੇਂ ਪਤਾ ਲੱਗਾ ਰੌਲਾ ਪੈਣ ਕਿਉਂਕਿ ਨੇਰਾ ਕਾ ਧੂਆਂ ਕਾ ਕੋਈ ਬੱਚੇ
ਪਏ ਫਿਰ ਕੋਈ ਚੀਜ਼ ਨਹੀਂ ਲੱਭੀ ਫਿਰ ਮੁੱਕੀ ਮੱਕੀ ਮਾਰ ਕੇ ਫਿਰ ਤੋੜਨੇ ਪਏ ਸ਼ੀਸ਼ੇ ਕਿੰਨੇ ਬੱਚਿਆਂ ਨੂੰ ਤੁਸੀਂ ਜਿਹੜੇ ਸੀ ਬਾਹਰ ਕੱਢਿਆ ਜੀ ਬੱਚੇ ਕੁਝ ਅਸੀਂ 7 ਕੁ ਬੱਚੇ ਬਾਹਰ ਕੱਢੇ ਆਣ ਕੇ ਬਾਕੀ ਬਾਕੀ ਤੇ ਡਰਾਈਵਰ ਨੇ ਕੋਈ ਕੱਢੇ ਕੋਈ 7 ਬੱਚੇ ਅਸੀਂ ਕੱਢੇ ਤੇ ਬਾਕੀ ਹੋਰ ਮੁੰਡੇ ਉਹਨਾਂ ਨੇ ਕੱਢਾਏ ਪਿੰਡ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਨਾ ਤਾਂ ਸਮੇਂ ਸਿਰ ਐਂਬੂਲੈਂਸ ਪਹੁੰਚ ਸਕੀ ਅਤੇ ਨਾ ਹੀ ਫਾਇਰ ਬ੍ਰਿਗੇਡ ਦੀ ਗੱਡੀ ਜਲਦੀ ਪਹੁੰਚੀ ਨਹੀਂ ਐਂਬੂਲੈਂਸ ਤੇ ਆਈ ਨਹੀਂ ਐਂਬੂਲੈਂਸ ਬੱਚੇ ਨਾ ਮਾਮੂਲੀ ਸੱਟਾਂ ਲੱਗੀਆਂ ਸੀ ਤੇ ਇੱਕ ਦੋ ਬੱਚੇ ਗੰਭੀਰ ਜਿਹੜੇ ਸੇਕ ਲੱਗਾ ਸੀ ਉਹਨੂੰ ਲੈ ਕੇ ਗਏ ਇੱਥੇ ਬਿਜਲੀ ਵਾਲ ਗਏ ਆਮ ਡਾਕਟਰ ਕੋਲ ਤੇ ਉਹਨਾਂ ਨੇ ਹੱਥ ਨਹੀਂ ਪਾਇਆ ਫਿਰ ਕਿਲੇ ਲੈ ਕੇ ਗਏ ਤੇ ਉਹਨਾਂ ਨੇ ਵੀ ਕਿਹਾ ਬਟਾਲੇ ਲੈ ਜਾਓ ਉਹ ਜ਼ਿਆਦਾ ਸੜੇ ਸੀਗੇ ਬੱਚੇ ਫਿਰ ਬਟਾਲੇ ਖੜਿਆ ਉੱਥੇ ਪਰਮਜੀਤ ਹੋਸਪਿਟਲ ਉਹਨਾਂ ਨੂੰ ਐਡਮਿਟ ਕਰਾਇਆ ਇੱਥੇ ਕੋਈ ਐਂਬੂਲੈਂਸ ਨਹੀਂ ਆਈ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜ਼ਰੂਰ ਆਈਆਂ ਹੋਈ ਬਾਅਦ 'ਚ ਜਦੋਂ ਘੰਟਾ ਕਿੰਨੇ ਚਿਰ ਬਾਅਦ ਆਈਆਂ ਫਾਇਰ ਬ੍ਰਿਗੇਡ ਦੀਆਂ ਅੱਧਾ ਪੌਣਾ ਘੰਟਾ ਲੱਗ ਗਿਆ ਘੰਟਾ ਜਦੋਂ ਸੜ ਸੁੜ ਗਈ ਤਕਰੀਬਨ ਬੱਚੇ ਕੱਢ ਲਏ ਕੁਛ ਬੱਚੇ ਉੱਧਰ ਛੱਡ ਆਏ ਹਾਂ ਅਸੀਂ ਅੱਗ ਬਲਦੀ ਦੇ ਵਿੱਚੋਂ ਦੀ ਮੋਟਰਸਾਈਕਲ 'ਤੇ ਚੜ੍ਹਾ ਚੜ੍ਹਾ ਕੇ ਕੱਢੀ ਜਾਂਦੇ ਸੀਗੇ ਮੁੰਡੇ ਆਪਣੇ 3-4 ਸੀ ਨਾਲ ਇਹ ਸੀਗੇ ਬੱਚੇ ਅਤੇ ਮੈਂ ਲਈ ਜਾਣਾ ਅਤੇ ਬਾਅਦ 'ਚੋਂ ਜਿਹੜੇ ਬੱਚੇ ਕੁਛ ਰਹਿ ਗਏ ਉਦੋਂ ਅੱਗ ਦਾ ਜ਼ੋਰ ਬੜਾ ਹੋ ਗਿਆ ਇੱਧਰ ਬੱਸ ਵੀ ਸੜਨ ਵੀ ਇੱਧਰੋਂ ਵੀ ਅੱਗ ਆ ਗਈ 4 ਸਵੇਰੇ ਉਹ ਇੱਥੇ ਅਸੀਂ ਲੈ ਕੇ ਖੜ ਗਏ 2 ਮਿੰਟ ਅਤੇ ਫਿਰ ਅੱਗ ਘੜੀ ਅਤੇ ਗੱਡੀ ਵਾਲੀ ਜਗ੍ਹਾ 'ਤੇ ਲੈ ਗਏ ਫਿਰ ਉਹਨਾਂ ਨੂੰ ਖੜਿਆ ਬਾਕੀ ਘਰੋਂ ਘਰੀ ਪਹੁੰਚਾਏ ਤੇ ਜਿਹੜੇ ਸੱਟ ਸੁੱਟ ਲੱਗੀ ਸੀ ਉਹ ਇੱਥੇ ਫਿਰ ਪ੍ਰਾਈਵੇਟ ਡਾਕਟਰ ਗ੍ਰੈਂਕੋਟ ਮੁੰਡਾ ਬੇਦੀ ਉਹ ਆਇਆ ਉਹਨੇ ਵਿਚਾਰੇ ਨੇ ਮਾੜਾ ਮੋਟਾ ਟੁੱਪਾਂ ਟੱਪਾਂ ਲਾਈਆਂ ਪੱਟੀਆਂ ਪੁੱਟੀਆਂ ਕੀਤੀਆਂ ਇੱਕ ਇੱਥੋਂ ਬਿਜਲੀ ਵਾਲਾ ਮੁੰਡਾ ਹੈਗਾ ਉਹ ਵੀ ਆ ਗਿਆ ਉਹ ਵੀ ਡਾਕਟਰ ਹੈ ਮੈਡੀਕਲ ਉਹਨੇ ਕੀਤੀ ਉਹਨਾਂ ਵਿਚਾਰਿਆਂ ਕੀਤੀ ਆ ਹੋਰ ਸਰਕਾਰੀ ਸਹੂਲਤ ਨਹੀਂ ਕੋਈ ਮੈਡੀਕਲ ਲੋਕ ਤਾਂ ਬੱਸ ਡਰਾਈਵਰ ਦੀ ਤਾਰੀਫ ਕਰ ਰਹੇ ਨੇ ਇੱਕ ਵਾਰ ਬੱਸ ਡਰਾਈਵਰ ਤੋਂ ਵੀ ਸੁਣ ਲੈਂਦੇ ਹਾਂ ਕਿ ਉਸਨੇ ਬੱਚਿਆਂ ਨੂੰ ਕਿਵੇਂ ਬਚਾਇਆ ਮੈਂ ਜਾ ਰਿਹਾ ਸੀ ਬੱਸ ਲੈ ਕੇ ਧੂੰਆਂ ਸੀ ਬੱਸ ਪੈਲੀ ਦੇ ਵਿੱਚ ਅੱਗ ਲੱਗੀ ਸੀ ਪਹਿਲਾਂ ਗੱਡੀ
ਧੂੰਆਂ ਜੱਕਦਾ ਆਇਆ, ਹਵਾ ਦਾ ਬੁੱਲਾ ਜਿਹਾ ਆਇਆ ਤੇ ਮੇਰੇ ਵੱਲ ਡਰਾਈਵਰ ਸਾਈਡ ਵੱਲ ਸਾਰਾ ਰੋਲਾ ਜਿਹਾ ਵਗਿਆ, ਧੂੰ ਅੰਦਰ ਆ ਗਿਆ ਤੇ ਬੱਚੇ ਚੀਕਾਂ ਮਾਰਦਾ ਪਿਆ, ਧੂੰਆਂ ਅੱਖਾਂ ਨੇ ਪੈ ਗਿਆ ਉਹਨਾਂ ਦੇ ਤੇ ਇੱਕ ਬੱਚਾ ਮੇਰੇ ਤੇ ਡਿੱਗ ਪਿਆ ਤੇ ਪਲਟ ਗਈ ਗੱਡੀ, ਪਲਟ ਗਈ ਤੇ ਭਾਜੀ ਬਾਅਦ 'ਚ ਇੱਦਾਂ ਹੋਇਆ ਕਿ ਬੱਚੇ ਸਾਰੇ ਕੱਢੇ ਮੈਂ, ਕੋਈ ਵੀ ਨਹੀਂ ਸੀ, ਧੂੰਏ 'ਚ ਪਤਾ ਨਹੀਂ ਲੱਗਣ ਡਿਆ, ਰੋਣ ਰੋਣ ਡੈ ਪਏ ਸਾਰੇ ਬੱਚੇ ਤੇ ਬੱਚੇ ਸਾਰੇ ਬਾਹਰ ਕੱਢੇ ਆ, ਬਾਅਦ 'ਚ ਅੱਗ ਲੱਗੀ ਬਸ। ਹਾਂਜੀ ਕੁਛ ਪਿੰਡ ਵਾਲੇ ਵੀ ਲੋਕਾਂ ਨੇ, ਹਾਂਜੀ ਪਿੰਡ ਵਾਲੇ ਬਾਅਦ 'ਚ ਆ ਗਏ ਭੱਜੇ। ਤੇ ਬੱਚਿਆਂ ਦੀ ਕੋਈ ਕਹਿੰਦੇ ਕੋਈ ਬੱਚੇ ਵੀ ਝੁਲਸੇ ਕੁਛ ਉਹਦੇ ਵਿੱਚ? ਥੋੜ੍ਹਾ ਬਹੁਤਾ ਸੇਕ ਲੱਗਾ ਇੱਕ ਦੋ ਬੱਚੇ ਨੂੰ, ਬਾਕੀ ਸਾਰੇ ਬੱਚੇ ਸੇਵ ਹੀ ਸਾਰੇ, ਮੈਂ ਆਪਣੇ ਹੱਥੀ ਕੱਢੇ ਆ ਬੱਚੇ। ਬਾਅਦ 'ਚ ਫਿਰ ਅੱਗ ਲੱਗੀ ਆ, ਥੋੜ੍ਹੀ ਅੱਗ ਲੱਗੀ, ਫਿਰ ਮੈਂ ਬਸ ਦੇ ਵਿੱਚ ਵੜਿਆ, ਆਹ ਬਾਅਦ 'ਚ ਮੇਰੇ ਬਾਂਹ ਨੂੰ ਸੇਕ ਵੱਜਾ,